ਜਿਹੜਾ ਇਲਾਕਾ ਛੱਛ ਦੀ ਤਾਰੀਖ ਇਸ ਨਾਲ ਧਾਰਫ ਮੁਖਤਸਰ ਅੰਦਾਜ਼ ਵਿੱਚ ਕੇ ਵੇ ਇਹ ਇਸ ਨੇ ਮਸ਼ਰਕ ਵਿੱਚ ਕੋਈ ਗਨਗਰੇ ਦੀ ਅੱਛਾ ਸ਼ਮਾਲ ਵਾਲੇ ਪਾਸੇ ਦਰਿਆ ਸਿੰਧ ਹੈ ਸ਼ਮਾਲ ਮਗਰਬ ਦਾਣੀ ਉਧਰੋਂ ਜੀ ਟੀ ਰੋਡ ਹੈ ਇਹ ਦਰਮਿਆਨ ਇੱਕ ਤੇ ਕੌਣ ਬਣਵੇ ਨਹੀਂ ਹੈ ਜੀ ਇਸ ਇਲਾਕਾ ਛੱਛ ਆਖਿਆ ਵੈਨਾ ਇਹ ਤਕਰੀਬਨ ਤੁਸੀਂ ਆਹ ਕਹਿੰਦੇ ਹੋ ਕਿ ਇਸ ਵੇਲੇ ਇੱਧਰ 80% 70 ਤੋਂ 80% ਆਬਾਦੀ ਪਠਾਣਾ ਨਹੀਂ ਹੈ ਅੱਛਾ ਇਹ ਉਹ ਹੀ ਨੇ ਜਿਹੜੇ ਜ਼ਿਆਦਾਤਰ ਜਿਹੜੇ ਉਧਰੋਂ ਪਠਾਣ ਹਮਲਾਵਰ ਆਏ ਨੇ ਉਹਨਾਂ ਨਾਲ ਆਏ ਨੇ ਅੱਛਾ ਅੱਛਾ ਔਰ ਇੱਥੇ ਆਣ ਕੇ ਮੁਕੀਮ ਹੋ ਗਏ ਨੇ ਅੱਲਾ ਇਹ ਪੁਰਾਣਾ 84 ਗ੍ਰਾਂ ਆਖੇ ਵੈ ਨੇ ਹੁਣ ਤਾਂ ਖੈਰ ਕਾਫੀ ਜ਼ਿਆਦਾ ਤੁਸਾਂ ਪਤਾ ਆਬਾਦੀ ਵਧਣੀ ਵੈ ਨਹੀਂ ਹੈ ਅਤੇ ਕੰਮ ਵਧਣਾ ਵੈ ਨਾ ਜ਼ਿਆਦਾ ਮਲਕੀਅਤ ਇੱਥੇ ਸਾਰੀ ਪਠਾਣਾ ਕੋਲ ਹੈ ਉਸ ਤੋਂ ਬਾਅਦ ਵੱਡੀ ਮਲਕੀਅਤ ਆਵੇ ਨਹੀਂ ਹੈ ਤਕਰੀਬਨ ਗੁਜਰ ਬਰਾਦਰੀ ਨਹੀਂ ਆਵੇ ਨਹੀਂ ਹੈ ਜੀ ਬਾਕੀ ਵੀ ਤਕਰੀਬਨ ਸਾਰੀ ਅਕਵਾਮ ਨਾ ਕਾਫੀ ਹੱਦ ਤੱਕ ਜਾਇਦਾਦਾਂ ਵੀ ਆਏ ਨੇ ਸਾਰਾ ਕੁਝ ਹੈ ਮਗਰ ਇੱਕ ਸ਼ੈ ਮੈਂ ਤੁਹਾਨੂੰ ਦੱਸਣਾ ਮਲਿਕ ਸਾਹਿਬ ਉਹ ਇਹ ਵੇ ਕਿ ਅਸੀਂ ਸਾਰੇ ਲੋਕ ਇੱਕੀ ਸ਼ੈ ਉੱਤੇ ਕਾਇਮ ਹਾਂ ਉਹ ਵੇ ਸਾਡੀ ਪਠਾਣ ਵਲਗੀ ਪਠਾਣ ਵਲਗੀ ਤੋਂ ਮੁਰਾਦ ਹੈ ਰਿਵਾਜ ਸਾਡੇ ਸਾਰੇ ਇੱਕ ਜਿਹੇ ਨੇ ਭਾਵੇਂ ਉਸ ਨਾਲ ਤਾਲਕ ਕਿਸੇ ਵੀ ਕੌਮ ਨਾਲ ਹੈ ਸਹੀ ਹੈ ਬਿਲਕੁਲ ਜੀ ਸਾਰੇ ਰਿਵਾਜ ਬੜੀ ਗੱਲ ਬਿਲਕੁਲ ਬੜੀ ਗੱਲ ਬੜੀ ਗੱਲ ਇਹ ਵੇ ਜੀ ਕਿ ਇੱਥੇ ਦੀ ਮਲਕੀਅਤ ਜਿਹੜੀ ਹੈ ਉਹ ਘੱਟ ਹੈ ਆਮ ਲੋਕਾਂ ਦੀ ਮਗਰ ਮੈਂ ਖੁਦ ਸੋਚਦਾ ਜੀ ਕਿ ਮੈਂ ਛਾਛੀ ਹਾਂ ਤਾਂ ਕਿਉਂ ਇੱਕ ਛੱਛੇ ਵਾਲੇ ਨੇ ਅੰਦਰ ਮਖਸੂਸ ਗੱਲ ਹੈ ਕਿ ਇਹ ਜਿੱਧਰ ਵਹਿਨੇ ਨੇ ਦੁਨੀਆਂ ਵਿੱਚ ਵਹਿਨੇ ਨੇ ਆਪਣਾ ਨਾਂ ਪੈਦਾ ਕਰਨੇ ਨੇ ਹਰ ਜਗ੍ਹਾ ਇਹਨਾਂ ਨਾਲ ਇੱਕ ਮਖਸੂਸ ਮਕਾਮ ਹੈ ਉਸਨੇ ਪਿੱਛੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ ਕਿ ਸਾਡੀ ਜ਼ਮੀਨ ਨਹੀਂ ਕਿ ਹੈਸੀਅਤ ਹੈ ਸਾਡੀ ਜ਼ਮੀਨ ਤਕਰੀਬਨ ਉਸ ਨਾਲ ਜਿਹੜਾ ਰਿਕਾਰਡ ਹੈ ਜੀ ਪਿੰਡੀ ਡਵੀਅਨ ਨਾ ਪਹਿਲੇ ਜ਼ਿਲ੍ਹਾ ਅਟਕ ਨਹੀਂ ਹੈ ਜੀ ਉਹ ਪਿੰਡੀ ਸ਼ਾਮਿਲ ਹੈ ਮੈਂ ਪਿਆ 1893 1894 ਦੀ ਗੱਲ ਕਰਨਾ ਅੱਛਾ ਤੁਸੀਂ ਆਪੇ ਹਿਸਾਬ ਲਾਓ ਕਿ ਪੂਰਾ ਪਿੰਡੀ ਡਵੀਅਨ ਵਿੱਚ ਜਿਹੜੇ ਗੁਜਰਾਤ ਤੋਂ ਇਲਾਵਾ ਮੈਂ ਆਖਸਾਂ ਇੱਧਰ ਟੋਟਲ 6000 ਖੂਹ ਆਏ ਆਪਾਸ਼ੀ ਵਾਸਤੇ ਸਹੀ ਉਹਨਾਂ ਚੋਂ ਸਿਰਫ ਛੱਛ ਵਿੱਚ 2100 ਖੂਹ ਆਇਆ ਬੜੀ ਗੱਲ ਮਤਲਬ ਸਾਡੀ ਆਬੀ ਜ਼ਮੀਨਾਂ ਉਸ ਵੇਲੇ ਵੀ ਉਹਨਾਂ ਦੀ ਇਹ ਹੈਸੀਅਤ ਆਈ ਸਹੀ ਫਿਰ ਮੈਂ ਤੁਹਾਨੂੰ ਇੱਕ ਸ਼ੈ ਹੋਰ ਦੱਸਣਾ ਜੀ ਕਿ 1885 ਦੀ ਰਿਪੋਰਟ ਨੇ ਮੁਤਾਬਿਕ 1885 ਨਹੀਂ ਟੋਟਲ 1000 ਏਕੜ ਗੰਨਾ ਇਹ ਜਿਹੜਾ ਮੈਂ ਤੁਸਾਂ ਸਾਰੇ ਤਹਿਸੀਲ ਪਿੰਡੀ ਕਊਟਾ ਚਕਵਾਲ ਜਿਤਨਾ ਏਰੀਆ ਫਤਿਹ ਜੰਗ ਵਗੈਰਾ ਵਗੈਰਾ ਸਾਰੇ ਸ਼ਾਮਿਲ ਕਰ ਗਏ ਨੇ ਪਿੰਡੀ ਤਹਿਸੀਲ ਸਮੇਤ ਇੱਥੇ ਤਕਰੀਬਨ 1000 ਏਕੜ ਗੰਨਾ ਟੋਟਲ ਰਾਧਾ ਗਿਆ ਜਿਸ ਨੇ ਵਿੱਚੋਂ 800 ਏਕੜ ਛੱਛੇ ਵਿੱਚ ਰਾਧਾ ਗਿਆ ਬੜੀ ਗੱਲ ਹੈ ਜੀ ਸੁੱਤੇ ਤਾਂ ਨਹੀਂ ਹੋ ਫਿਰ ਜੀ ਤੁਸਾਂ ਮੈਂ ਦੱਸਣਾ ਕਿ ਇੱਕ ਹੋਰ ਸ਼ੈ 1930 ਨੇ ਗੈਜ਼ਟੀਅਰ ਵਿੱਚ ਲਿਖਿਆ ਹੈ ਕਿ ਛੱਛੇ ਨਹੀਂ ਤੰਬਾਕੂ ਨਹੀਂ ਆਮਦਨ ਉਸ ਜ਼ਮਾਨੇ ਵਿੱਚ ਜਿਹੜੀ ਤੰਬਾਕੂ ਤੋਂ ਇਹ ਲੋਕ ਆਮਦਨ ਕਹਿੰਦੇ ਉਸ ਵੇਲੇ 4.5 ਲੱਖ ਰੁਪਏ ਆਮਦਨ ਆਈ ਤੰਬਾਕੂ ਨਹੀਂ 4.5 ਲੱਖ ਹੁਣ ਤੁਸਾਂ ਸੁਣਿਆ ਗੱਲ ਕਿ ਇੱਕ ਦਾਂਦ ਇਸ ਵੇਲੇ 10 ਲੱਖ ਨਾ ਬੀਏ 12 ਲੱਖ ਨਾ ਬੀਏ 20 ਲੱਖ ਨਾ ਬੀਏ ਕਰੋੜ ਤੱਕ ਚਲੇ ਗਏ ਦੌੜਨੇ ਵਾਲੇ ਦਾਂਦ ਉਸ ਵੇਲੇ ਜਿਹੜੇ ਕਮੇ ਵਾਲੇ ਦਾਂਦ ਆਏ ਉਹ 40 ਰੁਪਏ ਤੋਂ ਕਿਨ ਕੇ 100 ਰੁਪਏ ਨਾਲ ਦਾਂਦ ਆ ਮਗਰ ਸਾਡੀ ਤੰਬਾਕੂ ਨਹੀਂ ਆਮਦਨ ਉਸ ਵੇਲੇ ਵੀ 4.5 ਲੱਖ ਰੁਪਏ ਆਈ ਚਾਚੇ 1930 ਫਿਰ ਇਹ ਲੋਕ ਬਾਹਰ ਨਿਕਲ ਗਏ ਜੀ 1895 ਨਿਕਲ ਗਏ ਕੋਈ ਆਸਟ੍ਰੇਲੀਆ ਗਏ ਕੋਈ ਕਿੱਧਰ ਗਏ ਵਡੇਰਿਆਂ ਸਟੀਮ ਨੇ ਜਹਾਜ਼ਾਂ 'ਤੇ ਗਏ ਜੀ ਉਹਨਾਂ ਬੜੀ ਮਿਹਨਤ ਕੀਤੀ ਕੋਈ ਅਮਰੀਕਾ ਪਹੁੰਚੇ ਕੋਈ ਕਿੱਧਰ ਪਹੁੰਚੇ ਅੱਜ ਉਹਨਾਂ ਦੀ ਵਜ੍ਹਾ ਨਾਲ ਹੀ ਤੁਸੀਂ ਵੇਖਦੇ ਹੋ ਕਿ ਉੱਧਰ ਵੀ ਵੰਨ ਕੇ ਉਹਨਾਂ ਆਪਣਾ ਇੱਕ ਮਕਾਮ ਪੈਦਾ ਕੀਤਾ ਔਰ ਅੱਜ ਉਹਨਾਂ ਦੀ ਵਜ੍ਹਾ ਨਾਲ ਹੀ ਇੱਧਰ ਸਾਰੀਆਂ ਰੌਣਕਾਂ ਪਈਆਂ ਸਾਡੇ 'ਚ ਬੜੀ ਗੱਲ ਹੈ ਜੀ ਬੜੀ ਗੱਲ ਹੈ ਮਾਸ਼ਾ ਅੱਲਾ ਆਪਣਾ ਅਹਿਸਨ ਖਾਨ